ਫੋਨ ਕਰ ਸਕਣਗੇ ਇਸ ਕਰਕੇ ਤੇ ਉਹਨਾਂ ਨੇ ਮੈਨੂੰ ਘੁੱਟ ਕੇ ਕਾਲਜੇ ਦੇ ਨਾਲ ਲਾ ਕੇ ਮੈਨੂੰ ਕਹਿੰਦੇ ਕਹਿੰਦੇ ਕਮਲੀ ਤੈਨੂੰ ਕੌਣ ਕਹਿੰਦਾ ਵੀ ਇਸ ਚੀਜ਼ ਦੀ ਫੀਸ ਲੱਗਦੀ ਆ ਤੇ ਬਸ ਉਸ ਤੋਂ ਬਾਅਦ ਉਹਨਾਂ ਦੇ ਕੋਲੇ ਸਿੱਖਿਆ ਮੈਂ ਕਿ ਬਸ ਅੱਜ ਜੋ ਵੀ ਹੈ ਮੈਂ ਤੁਹਾਡੇ ਸਾਹਮਣੇ ਆ ਤੇ ਉਸ ਤੋਂ ਬਾਅਦ ਉਹਨਾਂ ਸੀ ਕਹਿ ਸਕਦੇ ਆ ਸੰਗਤ ਸੰਗਤ ਦਾ ਸਭ ਤੋਂ ਜ਼ਿਆਦਾ ਹੁੰਦਾ ਪਰ ਇਹ ਕਿਤੇ ਨਾ ਕਿਤੇ ਜੇਕਰ ਅਸੀਂ ਪੰਜਾਬੀ ਵਿਰਸੇ ਦੀ ਆਪਣੀ ਗੱਲ ਕਰੀਏ ਤੇ ਇਹ ਨਾ ਕਦੇ ਮਰਿਆ ਸੀ ਤੇ ਨਾ ਕਦੇ ਬਰਨਾਰ ਪੰਜਾਬ ਐਸੇ ਵੀ ਸਾਡੀ ਸੋਨੇ ਵਿੱਚ ਛੜੀ ਆ ਤੇ ਕੋਸ਼ਿਸ਼ ਇਹ ਰਹੇਗੀ ਕਿ ਆਪਣੇ ਪੰਜਾਬ ਦੇ ਵਿਰਸੇ ਨੂੰ ਪੰਜਾਬ ਦੇ ਸੱਭਿਆਚਾਰ ਨੂੰ ਅਸੀਂ ਅੱਗੇ ਵਧਾਈਏ ਤੇ ਸਾਡਾ ਤੇ ਯੋਗਦਾਨ ਹੈ ਗਾਇਕੀ ਨੂੰ ਸਮਝਣਾ ਬਹੁਤ ਹੀ ਡਿਫੀਕਲਟ ਹੈ ਕਿਉਂਕਿ ਉਹਦੇ ਲਈ ਤੁਹਾਨੂੰ ਬਹੁਤ ਗਹਿਰਾਈ 'ਚ ਜਾਣਾ ਪਏਗਾ ਪਰ ਜੇ ਅੱਜ ਦੇ ਯੂਥ ਦੀ ਗੱਲ ਕੀਤੀ ਜਾਵੇ ਉਹ ਧਾਰਮਿਕ ਗੀਤਾਂ ਨੂੰ ਕਿੰਨਾ ਕੁ ਸਮਝਦਾ ਹੈ ਕਿਉਂਕਿ ਉਹਨਾਂ ਨੂੰ ਜ਼ਿਆਦਾਤਰ ਹਿਪ ਹੌਪ ਰੈਪ ਅਜਿਹੇ ਗਾਣੇ ਪਸੰਦ ਨੇ ਅਜਿਹੀ ਗਾਇਕ ਨਾਲ ਇਸ ਸਮੇਂ ਅਸੀਂ ਮੌਜੂਦ ਹਾਂ ਜੋ ਪਿਛਲੇ 5-6 ਸਾਲ ਤੋਂ ਇਸ ਫੀਲਡ ਵਿੱਚ ਨੇ ਧਾਰਮਿਕ ਗੀਤ ਵੀ ਗਾਉਂਦੇ ਨੇ ਦੂਸਰੇ ਬੀਟ ਵਾਲੇ ਗੀਤ ਵੀ ਗਾਉਂਦੇ ਨੇ ਅਤੇ ਇਹਨਾਂ ਦਾ ਸੁਪਨਾ ਸੀ ਕਿ ਬਚਪਨ ਤੋਂ ਹੀ ਇਸ ਇਹਨਾਂ ਨੇ ਫੀਲਡ ਜਿਹੜਾ ਹੈਗਾ ਪੈਸ਼ਨ ਗਾਇਕੀ ਵਿੱਚ ਉਸ ਨੂੰ ਅੱਗੇ ਲਿਜਾਇਆ ਜਾਵੇ ਅੱਗੇ ਵਧਾਇਆ ਜਾਵੇ ਇਸ ਖਾਸ ਮੌਕੇ 'ਤੇ ਮੇਰੇ ਨਾਲ ਮੌਜੂਦ ਨੇ ਵੰਦਨਾ ਸਿੰਘ ਸਿੰਗਰ ਜੋ ਇਸ ਸਮੇਂ ਸਾਡੇ ਨਾਲ ਬੈਠੇ ਉਹਨਾਂ ਨਾਲ ਖਾਸ ਗੱਲਬਾਤ ਵੀ ਕਰਾਂਗੇ ਅਤੇ ਜਿੱਦਾਂ ਜਿਹੜੇ ਪੈਟਰੋਲ ਦੇ ਕੀਮਤਾਂ ਨੇ ਉਹ ਵਧੀਆ ਨੇ ਉਸ ਬਾਰੇ ਵੀ ਬਤੌਰ ਗਾਇਕ ਇਹਨਾਂ ਦੇ ਜਿਹੜੇ ਹੈਗੇ ਨੇ ਅਸੀਂ ਵਿਚਾਰ ਸਾਂਝੇ ਕਰਾਂਗੇ ਉਹਨਾਂ ਨਾਲ ਅਤੇ ਇਹਨਾਂ ਦੀ ਜ਼ਿੰਦਗੀ ਨਾਲ ਜੁੜੇ ਹੋਰ ਕਈ ਸਾਰੇ ਜਿਹੜੇ ਗੱਲਾਂ ਨੇ ਅਸੀਂ ਕਰਾਂਗੇ ਵੰਦਨਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਟੀਵੀ ਐਨਆਰਆਈ ਤੇ ਟੀਵੀ ਐਨਆਰਆਈ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੁਹਾਡੀ ਆਪਣੀ ਨਾਚੀਜ਼ ਵੰਦਨਾ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਸਲਾਮ ਨਮਸਤੇ ਜੀ ਅਤੇ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜੋ ਕਿ ਤੁਸੀਂ ਮੈਨੂੰ ਆਪਣੇ ਇਸ ਟੀਵੀ ਦੇ ਰਾਹੀਂ ਲੋਕਾਂ ਦੇ ਰੂਬਰੂ ਕਰ ਰਹੇ ਹੋ ਤੇ ਵੰਦਨਾ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ 5-6 ਸਾਲ ਤੋਂ ਸਿੰਗਿੰਗ ਫੀਲਡ ਵਿੱਚ ਹੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਫੈਮਿਲੀ ਬੈਕਗ੍ਰਾਉਂਡ ਵੀ ਇਸ ਫੀਲਡ ਵਿੱਚ ਹੋਵੇ ਤੁਹਾਡਾ ਖੁਦ ਦਾ ਪੈਸ਼ਨ ਸੀ ਕਿ ਇਸ ਲਾਈਨ ਵਿੱਚ ਆਇਆ ਜਾਵੇ ਕੁਝ ਕੀਤਾ ਜਾਵੇ ਅਲੱਗ ਜਾਓ ਜੀ ਜੀ ਬਿਲਕੁਲ ਮਤਲਬ ਮੇਰੀ ਫੈਮਿਲੀ ਬੈਕਗ੍ਰਾਉਂਡ ਅਗਰ ਦੇਖੀ ਜਾਵੇ ਤਾਂ ਉਹਦੇ ਵਿੱਚ ਕੋਈ ਵੀ ਇੱਦਾਂ ਦਾ ਨਹੀਂ ਹੈ ਪਰ ਫਾਦਰ ਸਾਹਿਬ ਉਹਨਾਂ ਨੂੰ ਸ਼ੌਂਕ ਸੀਗਾ ਪਰ ਕਿਤੇ ਨਾ ਕਿਤੇ ਇੱਕ ਫਾਦਰ ਸਾਹਿਬ ਨੂੰ ਇਹ ਉਮੀਦ ਸੀ ਕਿ ਨਹੀਂ ਵੰਦਨਾ ਇਹਨਾਂ 'ਚੋਂ ਅੱਗੇ ਆਵੇ ਅਤੇ ਬਚਪਨ ਤੋਂ ਲੱਗੇ ਹੋਏ ਸੀ ਮਿਹਨਤ ਕਰਨ ਅਤੇ ਅੱਜ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਵਿੱਚ ਇੱਕ ਮੁਕਾਮ ਬਣ ਚੁੱਕਿਆ ਲੋਕ ਪਸੰਦ ਕਰਦੇ ਆ ਅਤੇ ਇਹ ਆ ਵੀ ਹੁਣ ਪ੍ਰੋਫੈਸ਼ਨਲੀ ਕਰਨ ਲੱਗ ਗਿਆ ਸੀ ਕੰਮ ਇਸ ਚੀਜ਼ ਅਤੇ ਇਹ ਜਿਹੜਾ ਸ਼ੌਕ ਹੈ ਇਸਦੀ ਸ਼ੁਰੂਆਤ ਕਿੱਦਾਂ ਹੋਈ ਸਫ਼ਰ ਕਿੱਦਾਂ ਸ਼ੁਰੂ ਹੋਇਆ ਗਾਇਕੀ ਦਾ ਕੀ ਜੇ ਗੱਲ ਕਰੀਏ ਤਾਂ ਜੀ ਜੀ ਬਿਲਕੁਲ ਮੈਂ ਕੁਝ 6 ਸਾਲ ਦੀ ਸੀ ਮੈਂ ਸਕੂਲ ਦੇ ਵਿੱਚ ਪੜ੍ਹਦੀ ਸੀਗੀ 32 ਨੰਬਰ ਸਕੂਲ ਜੋ ਕਿ ਪਟਿਆਲਾ ਵਿੱਚ ਆ ਉੱਥੇ ਪੜ੍ਹਦੀ ਸੀ ਅਤੇ ਉਹਦੇ ਨਾਲ ਮੈਂ ਥੀਏਟਰ ਕਰਦੀ ਹੁੰਦੀ ਸੀ ਨੈਸ਼ਨਲ ਥੀਏਟਰ ਆਰਟ ਸੁਸਾਇਟੀ ਪਟਿਆਲਾ ਤੋਂ ਪ੍ਰਾਮ ਸੱਭਰਵਾਲ ਜੀ ਦੇ ਕੋਲ ਅਤੇ ਉੱਥੇ ਮੈਂ ਸਟੇਜ ਦੇ ਉੱਪਰ ਗਾ ਰਹੀ ਸੀ ਇੱਕ ਪਲੇ ਦੇ ਵਿੱਚ ਪਲੇਬੈਕ ਕਰ ਰਹੀ ਸੀ ਉੱਥੇ ਗਾਉਂਦਿਆਂ ਅਤੇ ਮੈਨੂੰ ਮੇਰੇ ਉਸਤਾਦ ਜੀ ਡਾਕਟਰ ਅਖਿਲੇਸ਼ ਬਾਤਿਸ ਜੀ ਜੋ ਕਿ ਸਾਇੰਸ ਸੰਗੀਤ ਅਕੈਡਮੀ ਪਟਿਆਲਾ ਤੋਂ ਨੇ ਉਹਨਾਂ ਨੇ ਸੁਣਿਆ ਅਤੇ ਮਤਲਬ ਗਰੀਬ ਜੀ ਫੈਮਿਲੀ ਤੋਂ ਬਿਲੋਂਗ ਕਰਦੇ ਮਤਲਬ ਪਾਪਾ ਮੇਰੇ ਦਿਹਾੜੀ ਕਰਦੇ ਨੇ ਮਤਲਬ ਬੜੀ ਸਟ੍ਰਗਲਿਸਟ ਫੈਮਿਲੀ ਆ ਪਰ ਇਹ ਮਾਣ ਹੁੰਦਾ ਨਾ ਸਾਨੂੰ ਉਸ ਚੀਜ਼ 'ਤੇ ਅਤੇ ਜਦੋਂ ਫਿਰ ਮੈਂ ਉੱਥੇ ਗਾ ਰਹੀ ਸੀ ਤਾਂ ਮੈਨੂੰ ਆ ਕੇ ਕਹਿੰਦੇ ਕਹਿੰਦੇ ਬੱਚੇ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਵੀ ਤੁਸੀਂ ਐਕਟਿੰਗ ਦੇ ਨਾਲ ਨਾਲ ਸਿੰਗਿੰਗ ਸਿੱਖਣਾ ਚਾਹੋਗੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਨਹੀਂ ਵੀ ਹੈ ਨਾ ਵੀ ਫੀਸ ਬਹੁਤ ਜ਼ਿਆਦਾ ਲੱਗਦੀ ਹੈ ਇਸ ਚੀਜ਼ ਦੇ ਵਿੱਚ ਅਤੇ ਮੈਂ ਕਿਹਾ ਵੀ ਮੇਰੇ ਪਾਪਾ ਨਹੀਂ ਅਫੋਰਡ ਕਰ ਸਕਣਗੇ ਇਸ ਕਰਕੇ ਅਤੇ ਉਹਨਾਂ ਨੇ ਮੈਨੂੰ ਘੁੱਟ ਕੇ ਕਾਲਜੇ ਦੇ ਨਾਲ ਲਾ ਕੇ ਮੈਨੂੰ ਕਹਿੰਦੇ ਕਹਿੰਦੇ ਕਮਲੀ ਤੈਨੂੰ ਕੌਣ ਕਹਿੰਦਾ ਵੀ ਇਸ ਚੀਜ਼ ਦੀ ਫੀਸ ਲੱਗਦੀ ਆ ਅਤੇ ਬਸ ਉਸ ਤੋਂ ਬਾਅਦ ਉਹਨਾਂ ਦੇ ਕੋਲ ਸਿੱਖਿਆ ਮੈਂ ਅਤੇ ਬਸ ਅੱਜ ਜੋ ਵੀ ਹੈ ਮੈਂ ਤੁਹਾਡੇ ਸਾਹਮਣੇ ਆ ਉਹਨਾਂ ਦੀ ਬਦੌਲਤ ਅਤੇ ਸੰਘਰਸ਼ ਕਿੰਨਾ ਕੁ ਕਰਨਾ ਪਿਆ ਸਟ੍ਰਗਲਿੰਗ ਪੀਰੀਅਡ ਕਿੰਨਾ ਕੁ ਰਿਹਾ ਇਸ ਫੀਲਡ ਵਿੱਚ ਕਿਉਂਕਿ ਬਹੁਤ ਕੰਪੀਟੀਸ਼ਨ ਵੱਧ ਚੁੱਕੇ ਭਾਵੇਂ ਉਹ ਪੰਜਾਬੀ ਇੰਡਸਟਰੀ ਹੈ ਭਾਵੇਂ ਉਹ ਬਾਲੀਵੁੱਡ ਹੈ ਜੀ ਜੀ ਬਿਲਕੁਲ ਜੇਕਰ ਅਸੀਂ ਗੱਲ ਕਰੀਏ ਸਟ੍ਰਗਲ ਦੀ ਤਾਂ ਬਹੁਤ ਜ਼ਿਆਦਾ ਸਟ੍ਰਗਲ ਕਰਨੀ ਪਈ ਅਤੇ ਕਿਤੇ ਤੱਕ ਤਾਂ ਲੋਕ ਇਹ ਵੀ ਕਹਿ ਦਿੰਦੇ ਸੀਗੇ ਕਿ ਜੇਕਰ ਤੁਹਾਡੇ ਕੋਲ ਪੈਸਾ ਜੇਕਰ ਤੁਸੀਂ ਐਡ ਕਰ ਸਕਦੇ ਹੋ ਤਾਂ ਤੁਸੀਂ ਅੱਗੇ ਜਾਓਗੇ ਅਦਰਵਾਈਜ਼ ਚੁੱਪ ਕਰਕੇ ਘਰ ਬੈਠ ਜਾਓ ਅਤੇ ਇਹ ਆ ਵੀ ਕਿਤੇ ਨਾ ਕਿਤੇ ਟੈਲੈਂਟ ਦੀ ਕਦਰ ਹੁੰਦੀ ਆ ਜੇਕਰ ਸਾਡੇ 'ਚ ਟੈਲੈਂਟ ਆ ਅਤੇ ਉਹਦੇ ਕਦਰ ਕਰਨ ਵਾਲੇ ਵੀ ਬੈਠੇ ਨੇ ਕਿਤੇ ਨਾ ਕਿਤੇ ਅਤੇ ਉਹਨਾਂ ਕਦਰਦਾਨਾਂ ਦੀ ਬਦੌਲਤ ਅੱਜ ਅਸੀਂ ਕਹਿ ਸਕਦੇ ਇੱਕ ਮੁਕਾਮ ਹਾਸਿਲ ਕਰ ਲਿਆ ਅਤੇ ਬਾਕੀ ਸਟ੍ਰਗਲ ਦੀ ਗੱਲ ਕਰੀਏ ਕਿਉਂਕਿ ਅੱਜ ਕੱਲ੍ਹ ਜਿਹੜੀ ਕਹਿ ਸਕਦੇ ਅਸੀਂ ਸਾਡੇ ਸੌਂਗਸ ਇੱਦਾਂ ਦੇ ਆਉਣ ਲੱਗੇ ਨੇ ਜੋ ਕਿ ਸਾਡੀ ਅੱਜ ਦੀ ਜਨਰੇਸ਼ਨ ਹੈ ਉਹ ਕਿਤੇ ਨਾ ਕਿਤੇ ਸਾਡੇ ਸੱਭਿਆਚਾਰ ਤੋਂ ਵਾਂਝੇ ਹੁੰਦੇ ਜਾ ਰਹੀ ਆ ਅਤੇ ਉਹਨਾਂ ਨੂੰ ਪਸੰਦ ਹੈ ਮਤਲਬ ਕਿ ਜਿਵੇਂ ਸ਼ੋਰ ਸ਼ਰਾਬਾ ਹਿਪ ਹੌਪ ਰੈਪ ਵਗੈਰਾ ਹੈ ਨਾ ਪੌਪ ਸੌਂਗ ਇੱਦਾਂ ਦੇ ਸੌਂਗ ਪਸੰਦ ਕਰਦੇ ਆ ਬਾਕੀ ਹਰ ਕਿਸੇ ਦਾ ਵੱਖਰਾ ਟੇਸਟ ਹੁੰਦਾ ਹੈ ਅਤੇ ਜੇ ਕਹੀਏ ਤਾਂ ਨਾ ਵੀ ਕੋਈ ਗੁਜ਼ਾਰਿਸ਼ ਕਰਨਾ ਚਾਹਾਂਗੇ ਕਿ ਨਹੀਂ ਚੰਗਾ ਸੁਣੋ ਚੰਗੇ ਚੀਜ਼ ਨੂੰ ਪ੍ਰਮੋਟ ਕਰੋ ਕਿਉਂਕਿ ਜੋ ਸਟਰਗਲ ਕਰਕੇ ਆਪਣੀ ਮਿਹਨਤ ਦੇ ਵਿੱਚ ਜਿੱਦਾਂ ਤੁਸੀਂ ਇਹ ਗੱਲ ਕੀਤੀ ਕਿ ਜਿਹੜੀ ਯੁਵਾ ਪੀੜ੍ਹੀ ਉਹ ਆਪਣੇ ਸੰਸਕਾਰਾਂ ਤੋਂ ਵਾਂਝੀ ਹੁੰਦੀ ਜਾ ਰਹੀ ਹੈ ਉਹਦੇ ਪਿੱਛੇ ਕੀ ਕਾਰਨ ਹੋ ਸਕਦੇ ਕਈ ਕਾਰਨ ਹੋ ਸਕਦੇ ਨੇ ਜ਼ਿਆਦਾ ਸੰਸਕਾਰਾਂ ਵਿੱਚ ਕਿਤੇ ਨਾ ਕਿਤੇ ਕਮੀ ਹੋ ਸਕਦੀ ਹੈ ਜਾਂ ਉਹਨਾਂ ਦਾ ਟੇਸਟ ਹੀ ਇੱਦਾਂ ਬਣ ਚੁੱਕਿਆ ਕਿ ਅਸੀਂ ਤਾਂ ਬਾਲੀਵੁੱਡ ਰੈਪ ਯੋ ਹਨੀ ਸਿੰਘ ਜਾਂ ਹੋਰ ਰੈਪਰਸ ਨੇ ਉਹਨਾਂ ਨੂੰ ਸੁਣਨਾ ਸਾਨੂੰ ਜੇਕਰ ਉਹਨਾਂ ਨੂੰ ਧਾਰਮਿਕ ਗੀਤਾਂ ਦੀ ਗੱਲ ਕੀਤੀ ਜਾਵੇ ਬਿਲਕੁਲ ਵੀ ਉਹਨਾਂ ਨੂੰ ਜਿਹੜੀ ਸਮਝ ਹੈ ਅੰਡਰਸਟੈਂਡਿੰਗ ਉਹ ਬਿਲਕੁਲ ਵੀ ਨਹੀਂ ਹੈ ਜੀ ਜੀ ਬਿਲਕੁਲ ਕਿਉਂਕਿ ਸ਼ੁਰੂਆਤ ਹੁੰਦੀ ਆ ਆਪਣੇ ਘਰ ਦੇ ਵਿੱਚੋਂ ਜੇ ਕਿ ਅਸੀਂ ਘਰ ਦੇ ਵਿੱਚ ਜੋ ਚੀਜ਼ਾਂ ਦੇਖਦੇ ਹਾਂ ਜੋ ਮਾਂ ਬਾਪ ਜੋ ਚੀਜ਼ਾਂ ਉਹਨਾਂ ਦੇ ਅੰਦਰ ਹੁੰਦੀਆਂ ਉਹ ਆਪਣੇ ਬੱਚਿਆਂ ਦੇ ਵਿੱਚ ਹੈ ਨਾ ਉਹ ਚੀਜ਼ ਵੇਖਦੇ ਨੇ ਅਤੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਨਾ ਘਰਦਿਆਂ ਕੋਲ ਵੀ ਇੰਨਾ ਸਮਾਂ ਨਹੀਂ ਹੈ ਜੇਕਰ ਆਪਣੇ ਬੱਚਿਆਂ ਨੂੰ ਚੰਗੀ ਚੀਜ਼ ਦੀ ਤਰਫ਼ ਰੁਖ ਕਰ ਸਕਦੇ
दास जी का सोंग करो गाना करो धार्मिक सोंग है ज्यादातर धार्मिक सोंग ही कर दो बीट वाले सोंग की गल की जाए तो यह चीज़ों बैलेंस कि कर दो क्योंकि अलग अलग जॉनर्स ने जो जो बिल्कुल जेकर असं गल करिए धार्मिक की कि धार्मिक ना सा रोम रोम के वसदा अं सुनते रहते उस चीज़ को बचपन तो असं उस चीज़ को सुने लाइक किया तो ये कुछ ज़्यादा डिफिकल्टी नहीं होंगी क्योंकि जगह असं संगीत को सीख के आने तो वो हर तरह का म्यूजिक आ जाता जिद सूफी हो जाता क्लासीकल हो गया तो पंजाबी हो गया कल्चरल हो गया तो हर तरह का हो जाता है इस करके इन्नी डिफिकल्टी नहीं आती तो जिदा सिंगरस फीमेल सिंगर अज की सोसायटी उस नज़रिए देखते कि फीमेल सिंगर है इन्हों की एक इमेज सैट की होगी जा तो अखाड़े गाएंगे या मेले गाएंगे ये चीज़ बारे तुम बतौर सिंगर की कहना चाहोगे समाज की इस सोच बारे जी बिल्कुल मैं समाज की इस सोच को अपने उपर लगा के दसागी क्योंकि जिते जाके एक फीमेल खड़ी हो जाएगी उत्थे जाके मतलब लोगों का नज़रिया वक्रा आना वेखने तो उन्होंने यही सोचा जाता कि एक फीमेल सिंगर है शायद ना बड़ी लानत भरी नज़र देखते हैं तो मैं उन्होंने यही कहना चाहवागी क्योंकि ना कोई भी आर्टिस्ट है कोई भी सिंगर है जेकर है ना एक टैलेंट है अजकल तो वैसे ही सोशल मीडिया का जमाना ये कि कुछ हद तक बहुत ज़्यादा सोच बदली गई है कि लेडीज़ को बहुत ज़्यादा प्रमोट कर लग गए ने इज्जत कर लग गए हैं पर जेकर असं कही कुछ भी लोग हले भी ने जोड़े कह देंगे कि नहीं है ना बड़ी लांत भरिया नज़र देखते हैं तो यही कहेंगे कि नहीं है टैलेंट है जिद तेनों अगे आना चाहिए तो प्रमोट करना चाहिए फीमेल्स न क्योंकि शुरुआत तो है ना भी मेहनत तो हर कोई करता भावे जेंट्स है भावे लेडीज़ है तो स्पोर्ट सारे एक दूजे को जरूर करनी चाहिए इस चीज़ तो जिदा तुम सूँ पता चले कि थोड़े आइडल्स पाकिस्तानी सिंगरस भी ने होर भी है बॉलीवुड च रिचा शर्मा नाम लिता जो जिन्होंने काफ़ी जिन्होंने योगदान है इंडस्ट्री में तो जो थोड़े पाकिस्तानी सिंगर आइडल ने उन्होंने कोई गाने के कुछ लाइन हो जाए थोड़े चाहने वाले वास्ते जी जी बिल्कुल मेरे आइडल ने रेशमा जी बहुत अच्छा गाने पाकिस्तानी सिंगर ने काफ़ी फ्रेंड्स भी ने जो मैं प्रमोट करते हैं पाकिस्तान तो जिम्मे अहमद नवाज जी बिलाल खान साहब जी और मेरे बहुत अच्छे फ्रेंड ने इमरान काशिफ हसनी जी जिन्हें एक मैं हम पाकिस्तानी सोंग से ड्यूट भी कर जा रहा हूँ जेकर गल करिए अपने आइडल की तो उन्होंने मैं एक सोंग तेरे सामने करेंगे पेश बिछड़े अभी तो हम बस कल परसों जियूंगी मैं कैसे अभी से हाल में बरसों ओठों पे आई मेरी जान दोहाई लंबी जुदाई चार दिन दा प्यारो रब्बा बड़ी लंबी जुदाई लंबी जुदाई दैट वाज सुपर वंदना ते रियाज नु कितना टाइम देने क्योंकि रियाज बहुत जरूरी है जी बिल्कुल रियाज बहुत ज्यादा जरूरी है फिलहाल ते रियाज घट गया क्योंकि वैसे लॉकडाउन सीगा उस तो बाद ना तुम पता अजकल वैसे बेरोजगारी का माहौल है इस करके रोजगार के नहीं मतलब इन्ना ज्यादा ध्यान हले नहीं है साडा क्योंकि सारा काम कार वैसे ठप है रोजगार काम कार सारा बिल्कुल बंद हो चुके इस करके रियाज के लिए इन्ना ध्यान नहीं दिता जाता क्योंकि है ना कुछ असं कह सकते हैं टेंशन करके नहीं होंगे पर कोशिश करीदी है कि जिन्ना क वक्त हो सके जरूर रियाज करीदा तो मोदी सरकार हर जगह टारगेट हो रही है मोदी सरकार गल करिए पेट्रोल की जी कीमतों में बढ़ चुकी हैं लोग हर कोई परेशान है लोग तो बेरोजगारी तो पहला ही दुखी ने तो उपर जी हूँ उन्होंने एक बोझ होर पै गया कि पेट्रोल की कीमत बढ़िया ने बतौर सिंगर की व्यूज़ ने की विचार ने जी बिल्कुल ये बहुत ही असं कह सकते हैं बहुत ही ना मंदे हाल ने बहुत ही माड़े हाल ने कितने कितने पहला यह कि है ना जी ट्रेन वगैरह चल दिया जो ना रोजगार परसन से वो सारे है ना घट किराए घट खर्चे न अपने है ना जो भी जॉब ने उ पहुँच सकते थे पर कितने कितने जो हम तेल की कीमत ज़्यादा वाधा कर दिता गया और हर वर्ग को नुकसान हो रहा हर वर्ग कितने ना कि पैसे ही बेरोजगार ने कुछ किसान करके किसान है ना साडे धरने ते बैठे ने उन्होंने मंगा नहीं पूरी की जाए हर कोई फील्ड किसानों के नाल जुड़िया हुआ जिस करके वो सारी है ना बैठे ने ते सरकार को ही चाहिए कि है ना प्लीज़ इस चीज़ को कंट्रोल किया जाए है ना क्योंकि ज़्यादा ही ओवर हो चुके तो इस नाल सारे दी हर फील्ड ते ही फर्क बहुत ज़्यादा पै रहा है बदला तुसी 10 साल थिएटर भी किया है थिएटर ने लाइफ कितना सपोर्ट रहा जेकर हुंदे थिएटर की गल करिए तो काफ़ी जरा चेंज या बदलाव आ चुके पहला ना थिएटर होर तरीके का होंदा सी हुण दा थिएटर होर तरीके का होंदा सी हुण ज़्यादा जिहड़ी मेहनत आर्टिस्टां नूं ज़्यादा मेहनत करनी पै रही है जी जी बिल्कुल थिएटर का काफ़ी रुख बदल चुका सी जिस टाइम असीं थिएटर करदे हां क्योंकि असीं बचपन दे विच ही लग गए सी इस चीज़ नूं पर इह जदों साडी मैरिज होई उस तों बाद थोड़ा मैं इस चीज़ नूं वक कीता अपने आप तों क्योंकि म्यूजिक के जरिए अगे जाना चाहिए कि नहीं म्यूजिक ने एक साइड किया जाए तो
ਤੇ ਇਨ ਟਾਈਮ ਦੇ ਵਿੱਚ ਕੁਝ ਦੁਬਾਰਾ ਮੌਕਾ ਮਿਲਿਆ 12 13 ਸਾਲਾਂ ਬਾਅਦ ਦੁਬਾਰਾ ਥੀਏਟਰ ਦਾ ਤੇ ਉਹਦੇ ਵਿੱਚ ਮੈਂ ਦੋ ਮੂਵੀਆਂ ਕਰਕੇ ਆ ਜਿਹਦੇ ਵਿੱਚ ਇੱਕ ਤ੍ਰੇੜਾ ਮੂਵੀ ਹੈ ਜਿਹਦੇ ਵਿੱਚ ਮਲਕੀ ਤਰੋਣੀ ਜੀ ਪੰਗੂ ਮੈਡਮ ਤੇ ਕਾਫੀ ਅੱਛੇ ਆਰਟਿਸਟ ਨੇ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਤੇ ਦੂਸਰੀ ਮੂਵੀ ਅਸੀਂ ਕੀਤੀ ਆ ਉਹ ਤੁਸੀਂ ਭੁੱਲ ਗਏ ਭੁੱਲ ਗਏ ਯਾਦ ਕਰਕੇ ਦੱਸ ਦਿਓ ਕਿ ਪੰਜਾਬੀ ਮੂਵੀ ਹੈ ਕਿੱਦਾਂ ਦੀ ਮੂਵੀ ਜਿੱਦਾਂ ਤੁਸੀਂ ਪਹਿਲਾਂ ਦੱਸੀ ਕਿ ਮਲਕੀ ਤਰੋਣੀ ਨਾਲ ਕੰਮ ਕੀਤਾ ਪੰਗੂ ਜੀ ਨਾਲ ਕੀਤਾ ਕਿੱਦਾਂ ਦਾ ਕਿਰਦਾਰ ਹੈ ਕਿੱਦਾਂ ਦੇ ਸ਼ੇਡਸ ਨੇ ਜੀ ਬਿਲਕੁਲ ਉਹ ਇੱਕ ਫੈਮਿਲੀ 'ਤੇ ਨਿਰਧਾਰਿਤ ਮੂਵੀ ਆ ਜਿਹਦੇ ਵਿੱਚ ਦੱਸਿਆ ਗਿਆ ਕਿ ਹੈ ਨਾ ਅਗਰ ਕਿਸੇ ਲੜਕੀ ਦੇ ਹਸਬੈਂਡ ਦੀ ਡੈਥ ਹੋ ਜਾਂਦੀ ਹੈ ਤਾਂ ਉਹਨੂੰ ਸਹੁਰੇ ਪਰਿਵਾਰ ਵੱਲੋਂ ਵੀ ਬਹੁਤ ਸਮਝਿਆ ਜਾਂਦਾ ਅਤੇ ਪੇਕਿਆਂ ਪਰਿਵਾਰ ਵੱਲੋਂ ਵੀ ਉਹਦੇ 'ਚ ਬਹੁਤ ਅੱਛਾ ਇੱਕ ਮੈਸੇਜ ਦਿੱਤਾ ਗਿਆ ਗੁਰਪ੍ਰੀਤ ਕੰਗ ਜੀ ਵੱਲੋਂ ਅਤੇ ਉਹਦੇ 'ਚ ਦੱਸਿਆ ਗਿਆ ਕਿ ਅਗਰ ਹੈ ਨਾ ਉਹਦੀ ਮਤਲਬ ਹਸਬੈਂਡ ਦੀ ਡੈਥ ਹੋ ਗਈ ਤਾਂ ਪੇਕ ਪਰਿਵਾਰ ਨੇ ਕੀ ਕੀਤਾ ਉਸਦੇ ਬੇਟਾ ਸੀ ਜੋ ਉਸਦੇ ਬ੍ਰਦਰ ਨੇ ਉਸਨੂੰ ਨਾ ਅਡੋਪਟ ਕਰ ਲਿੱਤਾ ਗਿਆ ਉਸਦੀ ਦੁਬਾਰਾ ਮੈਰਿਜ ਕਰਾਈ ਗਈ ਅਤੇ ਬਹੁਤ ਅੱਛਾ ਇੱਕ ਗੁੱਡ ਮੈਸੇਜ ਦਿੱਤਾ ਗਿਆ ਮੂਵੀ ਤਰੜਿਆਂ ਦੇ ਰਾਹੀਂ ਅਤੇ ਸਭ ਤੋਂ ਵੱਡੀ ਚੁਣੌਤੀ ਕੀ ਰਹੀ ਇਸ ਫੀਲਡ ਵਿੱਚ ਜਦੋਂ ਤੁਸੀਂ ਸਟਾਰਟ ਕੀਤਾ ਸੀ ਕਿਉਂਕਿ ਉਹ ਬਹੁਤ ਇੱਕ ਚੈਲੇਂਜ ਹੁੰਦਾ ਕਿ ਅਸੀਂ ਸਟਾਰਟ ਕਰ ਰਹੇ ਹਾਂ ਅੱਗੇ ਕੀ ਹੋਏਗਾ ਕਿੱਦਾਂ ਦੇ ਸਾਨੂੰ ਲੋਕ ਮਿਲਣਗੇ ਕਿੱਦਾਂ ਦਾ ਮਾਹੌਲ ਹੋਏਗਾ ਉਹ ਸਭ ਚੀਜ਼ਾਂ ਨੂੰ ਕਿੱਦਾਂ ਤੁਸੀਂ ਮੈਨੇਜ ਕੀਤਾ ਸੀਗਾ ਜੀ ਜੀ ਬਿਲਕੁਲ ਜੇਕਰ ਅਸੀਂ ਚੁਣੌਤੀ ਦੀ ਗੱਲ ਕਰੀਏ ਤਾਂ ਚੁਣੌਤੀਆਂ ਬਹੁਤ ਜ਼ਿਆਦਾ ਸੀਗੀਆਂ ਅਤੇ ਇੱਕ ਗੱਲ ਅੱਜ ਵੀ ਯਾਦ ਆ ਜਾਂਦੀ ਜਦੋਂ ਅਸੀਂ ਕਾਲਜ ਟਾਈਮ ਦੇ ਵਿੱਚ ਪੜ੍ਹਦੇ ਸੀਗੇ ਸਾਡੇ ਨਾਲ ਮੇਰੇ ਨਾਲ ਕਾਫੀ ਮੇਰੇ ਫਰੈਂਡਸ ਸੀਗੀਆਂ ਮਤਲਬ ਅਸੀਂ ਸਾਰੇ ਇੱਕੋ ਫੀਲਡ ਦੇ ਸੀਗੇ ਤੇ ਮਤਲਬ ਸਾਰਿਆਂ ਦੇ ਵਿੱਚੋਂ ਸਾਰੇ ਕੁਛ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਨਾ ਨਾਮਵਰ ਸੀਗੇ ਆ ਮੇਰੇ ਬਹੁਤ ਅੱਛੇ ਫਰੈਂਡ ਹੈ ਕੁਸੁਮ ਤੇ ਉਸਦੇ ਪਾਪਾ ਮਤਲਬ ਰੇੜੀ ਚਲਾਉਂਦੇ ਹੁੰਦੇ ਸੀ ਪੱਥਰ ਕੱਟਦੇ ਹੁੰਦੇ ਸੀਗੇ ਅਸੀਂ ਜਦੋਂ ਕੱਟਿਆ ਨੇ ਪੜ੍ਹਨ ਗਏ ਅਸੀਂ ਫਸਟ ਟਾਈਮ ਜਦੋਂ ਕਾਲਜ ਦੇ ਵਿੱਚ ਪੈਰ ਤਰਿਆ ਤੇ ਉਸ ਟਾਈਮ ਰੈਗਿੰਗ ਕਰਦੇ ਹੁੰਦੇ ਸਕੂਲਾਂ ਵਿੱਚ ਰੈਗਿੰਗ ਤੇ ਉਹਨਾਂ ਨੇ ਕੀ ਕੀਤਾ ਉਹ ਕੁੜੀਆਂ ਬਹੁਤ ਪੁੱਠਾ ਜਿਹਾ ਬੋਲੀਆਂ ਕਹਿੰਦੇ ਮੂੰਹ ਚੱਕ ਕੇ ਕਿੱਦਾਂ ਕਿੱਦਾਂ ਦਾ ਹੈ ਨਾ ਕਿੱਦਾਂ ਦੇ ਲੋਕ ਨੇ ਜਿਹੜੇ ਕਾਲਜ ਦੇ ਵਿੱਚ ਆ ਗਏ ਨੇ ਤੇ ਮੈਂ ਉਹਨਾਂ ਨੂੰ ਨਾ ਫਿਰ ਜਵਾਬ ਦਿੱਤਾ ਕਿ ਜਿਸ ਲੜਕੀ ਉੱਤੇ ਤੁਸੀਂ ਨਾ ਹੱਥ ਉਂਗਲੀ ਉਠਾ ਰਹੇ ਹੋ ਉਹ ਪੂਰੇ ਪੰਜਾਬ ਦੀ ਟੋਪਰ ਆ ਤੇ ਹੌਲੀ ਹੌਲੀ ਉਹ ਕੁੜੀਆਂ ਦੀ ਸੋਚ ਬਦਲਦੀ ਗਈ ਤੇ ਜਦੋਂ ਸਾਡੇ ਹੈ ਨਾ ਸਾਡੇ ਨਾਲ ਬੈਠਣ ਲੱਗੇ ਉੱਠਣ ਲੱਗੇ ਤੇ ਉਹ ਚੁਣੌਤੀ ਭਰਿਆ ਸੀ ਸਾਡੇ ਲਈ ਕਿਤੇ ਨਾ ਕਿਤੇ ਤੇ ਬਸ ਇਸੇ ਕਰਕੇ ਉਸ ਤੋਂ ਬਾਅਦ ਉਹ ਸਾਰੇ ਸਪੋਰਟ ਕਰਨ ਲੱਗ ਗਏ ਸੀ ਕਿਉਂਕਿ ਨਾ ਟੈਲੈਂਟ ਦੀ ਕਦਰ ਉਹ ਕਰਨ ਲੱਗ ਗਏ ਸੀਗੇ ਉਹੀ ਚੁਣੌਤੀ ਸੀ ਕਿਉਂਕਿ ਉਸ ਟਾਈਮ ਸਾਨੂੰ ਜਾ ਕੇ ਬੜੀ ਟੈਨਸ਼ਨ ਹੋ ਗਈ ਸੀ ਕਿ ਨਹੀਂ ਅਸੀਂ ਕਾਲਜ 'ਚ ਐਡਮਿਸ਼ਨ ਲੈ ਲਈ ਹੈ ਪਰ ਅੱਗੇ ਪਤਾ ਨਹੀਂ ਅਸੀਂ ਇੱਥੇ ਪੜ੍ਹ ਸਕਾਂਗੇ ਕਿ ਨਹੀਂ ਕਿਉਂਕਿ ਹੈ ਨਾ ਮਿਸਬਿਹੇਵ ਕੀਤਾ ਜਾਂਦਾ ਸੀ ਕਈ ਹੈ ਨਾ ਲੜਕੀਆਂ ਵੱਲੋਂ ਇਸ ਕਰਕੇ ਅਤੇ ਉਹੀ ਚੁਣੌਤੀ ਭਰਿਆ ਸੀ ਅਤੇ ਬਾਕੀ ਹੈ ਨਾ ਅਸੀਂ ਖੁਦ ਸਾਡੇ ਵਿੱਚ ਰਿਗਰਟਸ ਨੇ ਸਾਡੇ ਹੌਂਸਲੇ ਨੇ ਅਤੇ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਨਾ ਕੋਈ ਵੀ ਮੰਜ਼ਿਲ ਹੈ ਉਹ ਜਿਹੜੀ ਨਾਮੁਮਕਿਨ ਹੋਵੇ ਅਤੇ ਇੰਡਸਟਰੀ ਵਿੱਚ ਚੰਗੇ ਲੋਕ ਵੀ ਨੇ ਮਾੜੇ ਲੋਕ ਵੀ ਨੇ ਕਦੇ ਇੱਦਾਂ ਦਾ ਕੁਛ ਇੰਸੀਡੈਂਟ ਹੋਇਆ ਫੇਸ ਕਰਨਾ ਪਏ ਕਿ ਤੁਹਾਨੂੰ ਕੋਈ ਅਜਿਹਾ ਬੰਦਾ ਮਿਲਿਆ ਹੋਵੇ ਜਿਹਨੇ ਤੁਹਾਨੂੰ ਕੁਛ ਅਜਿਹਾ ਕਹਿਦਾ ਹੋਵੇ ਜਿਹਦੇ ਕਰਕੇ ਤੁਹਾਡਾ ਮਨ ਹੈ ਉਹ ਦੁਖੀ ਹੋਇਆ ਹੋਵੇ ਹਰਟ ਹੋਇਆ ਹੋਵੇ ਜੀ ਬਿਲਕੁਲ ਹੈ ਨਾ ਇੱਕ ਨੇ ਕਾਫੀ ਜਣਿਆਂ ਨਾਲ ਹੋਈ ਹੈ ਗੱਲ ਇੱਦਾਂ ਦੀ ਪਰ ਇਹਨਾਂ ਅਸੀਂ ਨਾਮ ਨਹੀਂ ਲੈਣਾ ਚਾਹਾਂਗੇ ਉਹਨੇ ਪਰ ਉਹਨਾਂ ਨੂੰ ਮੈਂ ਇਹ ਗੱਲ ਕਹਿਣਾ ਚਾਹਾਂਗੀ ਕਿ ਜੇਕਰ ਹੈ ਨਾ ਜ਼ਰੂਰੀ ਨਹੀਂ ਹੈ ਕਿ ਪੈਸੇ ਦਾ ਅਲੱਗ ਕੋਈ ਸਟਾਰ ਹੁੰਦਾ ਤੇ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਨਹੀਂ ਹੈ ਨਾ ਬੰਦੇ ਨਾ ਪੈਸਾ ਤੂੰ ਪੈਸਾ ਲਾ ਸਕਦੀ ਹੈ ਜੇ ਪੈਸਾ ਨਹੀਂ ਲਾ ਸਕਦੇ ਤਾਂ ਤੁਸੀਂ ਘਰ ਬਹਿ ਜਾਓ ਜਾਂ ਫਿਰ ਹੈ ਨਾ ਤੁਸੀਂ ਆਪਣੇ ਆਪ ਨੂੰ ਚੇਂਜ ਕਰੋ ਕਿਉਂਕਿ ਮੇਰੀ ਸੋਚ ਜੋ ਇਹ ਸੀਗੀ ਕਿ ਨਹੀਂ ਜਿੱਦਾਂ ਦੀ ਵੀ ਮੈਂ ਹੈ ਨਾ ਸਿਰਫ ਟੈਲੈਂਟ ਨੂੰ ਦੇਖਿਆ ਜਾਵੇ ਤੇ ਇੱਦਾਂ ਹੀ ਐਕਸੈਪਟ ਕੀਤਾ ਜਾਵੇ ਤੇ ਅੱਜ ਹੈ ਨਾ ਮਾਲਕ ਦੀ ਕਿਰਪਾ ਨਾਲ ਉਹੀ ਚੀਜ਼ ਹੋਈ ਤੇ ਇੱਕ ਅਸੀਂ ਨਿਊ ਮੂਵੀ ਆ ਰਹੀ ਹੈ ਜਸਵੀਰ ਗਿੱਲ ਜੀ ਦੀ ਤੇ ਉਹਦੇ ਵਿੱਚ ਇੱਕ ਮੈਨੂੰ ਪਲੇਬੈਕ ਸੌਂਗ ਗਾਉਣ ਦਾ ਮੌਕਾ ਮਿਲਿਆ ਅੰਗਰੇਜ਼ ਸਿੰਘ ਵਿਰਕ ਜੀ ਦਾ ਲਿਖਿਆ ਗੀਤ ਹੈ ਤੇ ਹਰਮਨ ਗਿੱਲ ਜੀ ਦਾ ਗੁਰਮਨ ਗਿੱਲ ਜੀ ਦਾ ਮਿਊਜ਼ਿਕ ਦਿੱਤਾ ਗਿਆ ਤੇ ਜਲਦੀ ਅਸੀਂ ਤੁਹਾਡੇ ਰੂਬਰੂ ਕਰਾਂਗੇ ਪਲੇਬੈਕ ਤੇ ਜੇਕਰ ਤੁਹਾਨੂੰ ਬਾਲੀਵੁੱਡ ਵਿੱਚ ਮੌਕਾ ਮਿਲਦਾ ਹੈ ਕਿਹਦੇ ਨਾਲ ਤੁਸੀਂ ਡੂਇਟ ਗਾਣਾ ਗਾਉਣਾ ਚਾਹੋਗੇ ਜੀ ਜੇਕਰ ਮੈਨੂੰ ਮੌਕਾ ਮਿਲੇ ਤਾਂ ਮੈਂ ਮਿੱਕਾ ਜੀ ਨਾਲ ਜ਼ਰੂਰ ਗਾਣਾ ਚਾਹਾਂਗੀ ਕਿਉਂਕਿ ਬਹੁਤ ਅੱਛਾ ਨਾ ਇੱਕ ਸੁਪਨਾ ਇੱਕ ਕਿ ਪਲੇਬੈਕ ਸਿੰਗਰ ਬਣਨ ਦਾ ਬਾਕੀ ਹੈ ਨਾ ਜ਼ਿੰਦਗੀ ਤੇ ਕਿਸਮਤ ਤੇ ਜਿੱਤੇ ਲੈ ਕੇ ਜਾਏਗੀ ਅਤੇ ਤੱਕ ਤੇ ਫਿਟਨੈਸ ਬਹੁਤ ਮੈਟਰ ਰੱਖਦੀ ਹੈ ਬੰਦਨਾ ਜਿੱਦਾਂ ਅੱਜ ਕੱਲ੍ਹ ਦਾ ਹਰ ਕੋਈ ਲੀਨ ਵੀ ਹੁੰਦਾ ਬਲਕਿ ਹੁੰਦਾ ਬਟ ਤੁਸੀਂ ਫਿਟਨੈਸ ਇਹ ਫਿਟਨੈਸ ਵਿੱਚ ਬਿਲੀਵ ਕਰਦੇ ਹੋ ਕਿ ਇਸ ਇੰਡਸਟਰੀ ਵਿੱਚ ਆਉਣ ਲਈ ਕਿਉਂਕਿ ਮੇਕਓਵਰ ਦਾ ਅੱਜ ਕੱਲ੍ਹ ਦੀ ਜ਼ਰੂਰਤ ਬਣ ਚੁੱਕਿਆ ਹੈ ਫਿਟਨੈਸ ਕਿੰਨਾ ਕੁ ਮੈਟਰ ਰੱਖਦੀ ਹੈ ਬਹੁਤ ਜ਼ਿਆਦਾ ਮੈਟਰ ਰੱਖਦੀ ਤੁਹਾਡੇ ਵਿਚਾਰ ਕੀ ਨੇ ਕਿ ਫਿਟਨੈਸ ਨਾ ਬੰਦੇ ਦੀ ਭਾਵੇਂ ਹੋਵੇ ਚਾਹੇ ਨਾ ਹੋਵੇ ਉਹ 'ਚ ਜਿਹੜਾ ਹੁਨਰ ਆ ਉਹ ਹੋਣਾ ਬਹੁਤ ਜ਼ਰੂਰੀ ਹੁੰਦਾ ਜੀ ਜੀ ਬਿਲਕੁਲ ਆਪਾਂ ਇਹ ਦੋਨੇ ਚੀਜ਼ਾਂ ਨੂੰ ਨਾ ਬਰਾਬਰ ਰੱਖਾਂਗੇ ਕਿ ਫਿਟਨੈਸ ਵੀ ਜ਼ਰੂਰੀ ਹੈ ਪਰ ਜੇ ਕਿਤੇ ਅਸੀਂ ਗੱਲ ਕਰੀਏ ਟੈਲੈਂਟ ਦੀ ਹੈ ਨਾ ਕਿਉਂਕਿ ਫਿਟਨੈਸ ਇਹ ਤਾਂ ਆ ਨਹੀਂ ਅਸੀਂ ਅੱਜ ਗਾਣਾ ਕੀਤਾ ਅਤੇ ਕੱਲ੍ਹ ਨੂੰ ਉਹਨਾਂ ਨੇ ਕਹਿਤਾ ਕਰ ਦੇਣਾ ਅਤੇ ਇਹਦੀ ਵੀਡੀਓ ਬਣਾਉਣੀ ਹੈ ਅਤੇ ਨਾ ਦਿਨ ਅਗਰ ਅਸੀਂ ਕਹੀਏ ਵੇਟ ਲੂਜ਼ ਕੀਤਾ ਜਾਵੇ ਤਾਂ ਨਾ ਅਸੀਂ ਉਹ ਵੀ ਕਰ ਲਈਏ ਅਤੇ ਉਹ ਬੰਦਾ ਸਾਨੂੰ ਪ੍ਰਮੋਟ ਵੀ ਨਾ ਕਰੇ ਹੈ ਨਾ ਇਹ ਚੀਜ਼ ਮਤਲਬ ਕਾਫੀ ਮੈਨੂੰ ਦੇਖਣ ਨੂੰ ਮਿਲੀ ਆ ਕਿ ਅਸੀਂ ਕਿਸੇ ਨੂੰ ਹੈ ਨਾ ਆਪਣੇ ਆਪ ਨੂੰ ਕਿਸੇ ਦੇ ਬਦੌਲਤ ਹੈ ਨਾ ਕਿਸੇ ਦੇ ਜ਼ਰੀਏ ਨਾਲ ਅਸੀਂ ਆਪਣੇ ਆਪ ਨੂੰ ਚੇਂਜ ਕਰ ਲਈਏ ਅਤੇ ਬਾਅਦ ਵਿੱਚ ਉਹ ਬੰਦਾ ਫਿਰ ਮੁੱਕ ਜਾਵੇ ਇਸ ਚੀਜ਼ ਦਾ ਕੋਈ ਅੰਦਾਜ਼ਾ ਨਹੀਂ ਹੈ ਪਰ ਜਿੱਥੇ ਤੱਕ ਮੇਰੀ ਸੋਚ ਸੀਗੀ ਕਿ ਨਹੀਂ ਜਿੱਦਾਂ ਦੀ ਮੈਂ ਇੱਦਾਂ ਹੀ ਲੋਕਾਂ ਦੇ ਰੂਬਰੂ ਆਵਾਂਗੇ ਅਤੇ ਇੱਦਾਂ ਹੀ ਮੈਨੂੰ ਲੋਕ ਬਹੁਤ ਪਸੰਦ ਕਰਦੇ ਆ ਪਿਆਰ ਕਰਦੇ ਨੇ ਅਤੇ ਬਹੁਤ ਅੱਛੇ ਫੈਨ ਫੋਲੋਇੰਗ ਬਹੁਤ ਅੱਛੀ ਹੈ ਜਿਹੜੇ ਕਹਿਣਗੇ ਨਹੀਂ ਜਿੱਦਾਂ ਦੇ ਤੁਸੀਂ ਹੈਗੇ ਅਸੀਂ ਤੁਹਾਨੂੰ ਉੱਦਾਂ ਹੀ ਐਕਸੈਪਟ ਕਰਦੇ ਹਾਂ ਅਤੇ
ਜੇਕਰ ਹੈ ਨਾ ਮੁਸ਼ਕਿਲ ਹਰ ਕਿਸੇ ਨੂੰ ਆਉਂਦੀ ਹੈ ਮੈਰਿਜ ਤੋਂ ਬਾਅਦ ਹੈ ਨਾ ਸਹੁਰਾ ਪਰਿਵਾਰ ਵੱਲੋਂ ਇੰਨੀ ਹੈ ਨਾ ਸਪੋਰਟ ਨਹੀਂ ਸੀਗੀ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਮੇਰੀ ਸੋਚ ਸੀਗੀ ਕਿ ਮੈਂ ਨਾ ਪੜ੍ਹਾਈ ਕਰਕੇ ਅੱਗੇ ਪੀ ਐਚ ਡੀ ਕਰਨੀ ਸੀ ਪਰ ਉਹਨਾਂ ਦੀ ਸੋਚ ਇਹ ਸੀ ਕਿ ਨਹੀਂ ਹੈ ਨਾ ਪਿੰਡ ਦੇ ਵਿੱਚ ਆ ਅਤੇ ਹੁਣ ਇਹ ਬਾਹਰ ਜਾਏਗੀ ਘਰੋਂ ਬਾਹਰ ਜਾਣਾ ਅਤੇ ਉੱਠਣਾ ਬੈਠਣਾ ਅਤੇ ਕਹਿੰਦੇ ਸਾਨੂੰ ਪਸੰਦ ਨਹੀਂ ਅਤੇ ਕਿਤੇ ਨਾ ਕਿਤੇ ਰੋਕ ਲੱਗ ਗਈ ਸੀਗੀ ਇੱਕ ਅਸੀਂ ਕਹਿ ਸਕੀਏ ਨਾ ਕਰੀਅਰ ਨੂੰ ਰੋਕ ਦਿੱਤਾ ਸੀ ਉਹਨਾਂ ਨੇ ਪਰ ਫਿਰ ਵੀ ਹੈ ਨਾ ਮਾਲਵਿੰਦਰ ਜੀ ਦੀ ਸਪੋਰਟ ਨਾਲ ਅੱਜ ਅਸੀਂ ਦੁਬਾਰਾ ਤੋਂ ਹੈ ਨਾ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚ ਗਏ ਹਾਂ ਅਤੇ ਲੱਗੇ ਹੋਏ ਹਾਂ ਗੁਰੂ ਰਵਿਦਾਸ ਜੀ ਦਾ ਉਹ ਕਿੱਦਾਂ ਦਾ ਸੌਂਗ ਹੈ ਕੀ ਉਸ ਨਵੇਂ ਹੈਗਾ ਤਾਂ ਧਾਰਮਿਕ ਸੌਂਗ ਹੈ ਬਟ ਐਕਸਪੈਰੀਮੈਂਟਸ ਕਿੱਦਾਂ ਦੇ ਕੀਤੇ ਗਏ ਨੇ ਬੀਟਸ ਨਾਲ ਤੇ ਉਹਦੀਆਂ ਕੁਝ ਲਾਈਨਾਂ ਹੋ ਜਾਣ ਜੀ ਜੀ ਬਿਲਕੁਲ ਸਾਡਾ ਧਾਰਮਿਕ ਸੌਂਗ ਆ ਰਿਹਾ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨਾਲ ਰਿਲੇਟਡ ਹੈ ਫਰੈਸ਼ ਰਿਕਾਰਡ ਤੋਂ ਆ ਰਿਹਾ ਤੇ ਉਹਦੇ ਕੁਝ ਬੋਲ ਤੁਹਾਡੇ ਨਾਲ ਸਾਂਝੇ ਕਰਾਂਗੇ ਰਾਹ ਸੱਚ ਦਾ ਦਿਖਾਉਂਦੀ ਸੱਚੇ ਮਾਰ ਕੇ ਚੱਲਾਉਂਦੀ ਰਾਹ ਸੱਚ ਦਾ ਦਿਖਾਉਂਦੀ ਸੱਚੇ ਮਾਰ ਕੇ ਚੱਲਾਉਂਦੀ ਸਾਰਾ ਜੱਗ ਰਿਸ਼ਤੇ ਨੂੰ ਦੀ ਗੱਲ ਜਿਨ੍ਹਾਂ ਨੇ ਇਹ ਜਾਣੀ ਭਾਵੇਂ ਸਾਗੇ ਰਾਤ ਤਾਰੇ ਸਾਡੇ ਗੁਰੂ ਜੀ ਦੀ ਬਾਣੀ ਭਾਵੇਂ ਸਾਗੇ ਰਾਤ ਤਾਰੇ ਰਵਿਦਾਸ ਜੀ ਦੀ ਬਾਣੀ ਤੇ ਇੱਦਾਂ ਦਾ ਅਸੀਂ ਲੈ ਕੇ ਆ ਰਹੇ ਹਾਂ ਰੂਪ ਰੂਪ ਕਰ ਰਿਹਾ ਤੁਹਾਡੇ ਕੱਲ੍ਹ ਪਰਸੋਂ ਅਸੀਂ ਰਿਲੀਜ਼ਿੰਗ ਕਰ ਦੇਣੀ ਹੈ ਤੇ ਜਿਹੜੇ ਧਾਰਮਿਕ ਗੀਤ ਹੁੰਦੇ ਨੇ ਉਹ ਅਸਲ ਜ਼ਿੰਦਗੀ 'ਚ ਕਿੰਨਾ ਉਹਨਾਂ ਦਾ ਇੰਪੈਕਟ ਪੈਂਦਾ ਹੈ ਉੱਦਾਂ ਦੀ ਜਿਹੜਾ ਇਨਸਾਨ ਹੈ ਉਹਦੇ ਅੰਦਰ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਜੀ ਬਿਲਕੁਲ ਕਿਉਂਕਿ ਨਾ ਅਸੀਂ ਜਿੱਦਾਂ ਦਾ ਗਾਉਂਦੇ ਕਈ ਵਾਰ ਕਈ ਸੌਂਗਸ ਇੱਦਾਂ ਦੇ ਹੁੰਦੇ ਆ ਧਾਰਮਿਕ ਜਿਨ੍ਹਾਂ ਨੂੰ ਅਸੀਂ ਸੁਣ ਕੇ ਉੱਦਾਂ ਦੀ ਫੀਲ ਕਰਦੇ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰਾਂਗੇ ਜਿੱਦਾਂ ਦੇ ਸ਼ਬਦ ਤੇ ਬਾਣੀ ਦਾ ਬਹੁਤ ਧਿਆਨ ਰੱਖਣਾ ਪੈਂਦਾ ਜੇ ਕੋਈ ਸ਼ਬਦ ਇੱਧਰ ਉੱਧਰ ਹੋ ਜਾਵੇ ਤਾਂ ਉਹ ਵਿਵਾਦ ਖੜਾ ਹੋ ਜਾਂਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਿੱਦਾਂ ਕਈ ਦਫ਼ਾ ਆਪਾਂ ਨਾਮ ਨਹੀਂ ਲਵਾਂਗੇ ਗਾਇਕਾਂ ਦਾ ਇੱਦਾਂ ਹੀ ਹੋਏ ਉਹਨਾਂ ਨਾਲ ਕਿ ਉਹ ਵਿਵਾਦਾਂ ਵਿੱਚ ਆ ਗਏ ਜਿਹੜੇ ਗਾਣੇ ਦੇ ਬੋਲ ਨੇ ਉਹ ਥੋੜ੍ਹਾ ਜਿਹਾ ਉਹਨੂੰ ਕਈ ਵਾਰ ਸਮਝ ਨੌਲੇਜ ਨਹੀਂ ਹੁੰਦੀ ਉਹ ਇੱਧਰ ਉੱਧਰ ਹੋਣ ਕਰਕੇ ਕੰਟਰੋਵਰਸੀ ਖੜੀ ਹੋ ਜਾਂਦੀ ਹੈ ਜੀ ਬਿਲਕੁਲ ਕਿਉਂਕਿ ਹੈ ਨਾ ਜੋ ਵੀ ਸਾਡੇ ਗੁਰੂਆਂ ਪੀਰਾਂ ਦੀ ਬਾਣੀ ਅਸੀਂ ਉਹਦੇ ਨਾਲ ਛੇੜਛਾੜ ਨਹੀਂ ਕਰ ਸਕਦੇ ਸੋ ਇਹੀ ਗੁਜ਼ਾਰਿਸ਼ ਹੈ ਕਿ ਜਦੋਂ ਵੀ ਅਸੀਂ ਕੋਈ ਇੱਦਾਂ ਦਾ ਸੌਂਗ ਧਾਰਮਿਕ ਰਿਲੀਜੀਅਸ ਲੈ ਕੇ ਆਉਂਦੇ ਹਾਂ ਤਾਂ ਉਸਦੇ ਬਾਰੇ ਵਿੱਚ ਪੂਰੀ ਜਾਂਚ ਪਰਖ ਕਰਕੇ ਅਸੀਂ ਸਰੋਤਿਆਂ ਦੇ ਸਾਹਮਣੇ ਪੇਸ਼ ਕਰੀਏ ਕਿਉਂਕਿ ਕਿਤੇ ਨਾ ਕਿਤੇ ਅਗਰ ਅਸੀਂ ਉਹਦੇ ਵਿੱਚ ਕੋਈ ਇੱਦਾਂ ਦੇ ਸੌਂਗਸ ਵਰਡਸ ਅਸੀਂ ਯੂਜ਼ ਕਰ ਦਿੰਦੇ ਹਾਂ ਤਾਂ ਕਿਤੇ ਨਾ ਕਿਤੇ ਹੈ ਨਾ ਅਸੀਂ ਕਹਿ ਸਕਦੇ ਹਾਂ ਆਪਣੇ ਸਰੋਤਿਆਂ ਦੇ ਨਾਲ ਉਹਨਾਂ ਗੁਰੂਆਂ ਦੇ ਬੱਚਿਆਂ ਦੇ ਨਾਲ ਅਸੀਂ ਨਾ ਕਹਿ ਸਕਦੇ ਹਾਂ ਆਲ ਜਨਰੇਸ਼ਨ ਜਿਹੜੇ ਹੈ ਨਾ ਦਿਲੋਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਉਹਨਾਂ ਨੂੰ ਅਸੀਂ ਠੇਸ ਪਹੁੰਚਾਉਂਦੇ ਹਾਂ ਹਰਟ ਕਰਦੇ ਹਾਂ ਅਤੇ ਇਹਨਾਂ ਚੀਜ਼ਾਂ ਤੋਂ ਨਾ ਸਾਨੂੰ ਗਰੇਜ਼ ਕਰਨਾ ਚਾਹੀਦਾ ਅਤੇ ਧਿਆਨ ਰੱਖਣਾ ਚਾਹੀਦਾ ਖਾਸ ਕਰਕੇ ਜਿਹੜੇ ਰਿਲੀਜੀਅਸ ਸੌਂਗ ਨੇ ਉਹਨਾਂ ਦੇ ਤੇ ਹੁਣ ਤੁਹਾਡੀਆਂ ਸਾਲ 2021 ਤੋਂ ਉਮੀਦਾਂ ਕੀ ਨੇ ਐਕਸਪੈਕਟੇਸ਼ਨਸ ਕੀ ਨੇ ਫਿਊਚਰ ਪਲਾਨਸ ਕੀ ਨੇ ਅੱਗੇ ਕਿੱਦਾਂ ਦੇ ਗਾਣੇ ਲੈ ਕੇ ਆ ਰਹੇ ਆਪਣੇ ਚਾਹੁਣ ਵਾਲੇ ਵਾਸਤੇ ਜੀ ਜੀ ਬਹੁਤ ਸਾਰੀਆਂ ਹੈ ਨਾ ਕਹਿ ਸਕਦੇ ਹਾਂ ਬਹੁਤ ਕਾਫੀ ਸੌਂਗਸ ਅਸੀਂ ਲੈ ਕੇ ਆ ਰਹੇ ਹਾਂ ਟਾਈਮ 2021 ਦੇ ਵਿੱਚ ਜਿਹਦੇ 'ਚ ਫਰੈਸ਼ ਰਿਕਾਰਡ ਤੋਂ ਅਸੀਂ ਕਾਫੀ ਸੌਂਗ ਲੈ ਕੇ ਆ ਰਹੇ ਹਾਂ CMC ਰਿਕਾਰਡਸ ਤੋਂ ਲੈ ਕੇ ਆ ਰਹੇ ਹਾਂ ਫਤਿਹ ਮਿਊਜ਼ਿਕ ਤੋਂ ਹੈਗੇ ਨੇ ਜਿੰਮੀ ਜਨੇਜਾ ਜੀ ਪਟਿਆਲਾ ਤੋਂ ਜਿਨ੍ਹਾਂ ਦੇ ਨਾਲ ਅਸੀਂ ਸੌਂਗ ਲੈ ਕੇ ਆ ਰਹੇ ਧਾਰਮਿਕ ਲੈ ਕੇ ਆ ਰਹੇ ਹਾਂ ਸ਼ਿਵਰਾਤਰੀ 'ਤੇ ਲੈ ਕੇ ਆ ਰਹੇ ਹਾਂ ਇੱਕ ਦੋ ਸੌਂਗ ਹੋਰ ਹੈਗੇ ਨੇ ਅਤੇ ਦਿਵਾਸ਼ਕਾਂ ਦਾ ਜਾਊਂਗੀ ਮੈਂ ਗੱਲ ਕਰਕੇ ਕਾਫੀ ਸੌਂਗ ਦੇ ਬਹੁਤ ਅੱਛੇ ਅੱਛੇ ਨਿਊ ਸੌਂਗਸ ਅਸੀਂ ਲੈ ਕੇ ਆ ਰਹੇ ਹਾਂ ਅਤੇ ਹਲੇ ਉਹਨਾਂ ਦਾ ਨਾਮ ਨਹੀਂ ਦੱਸਣਾ ਚਾਹਵਾਂਗੇ ਕਿਉਂਕਿ ਨਾ ਅਸੀਂ ਇੱਕ ਲਿਆ ਕੇ ਕਹਿ ਦੇਣਾ ਕਿ ਆ ਗਏ ਅਤੇ ਛਾ ਗਏ ਉਹ ਚੀਜ਼ ਕਰਾਂਗੇ ਤੇ ਜਾਂਦੇ ਹਾਂ ਜੀ ਕੋਈ ਬੀਟ ਵਾਲਾ ਸੌਂਗ ਜਿੱਦਾਂ ਤੁਸੀਂ ਕੋਈ ਬੀਟ ਵਾਲਾ ਸੌਂਗ ਪੇਸ਼ ਕਰਦੇ ਜਾਓ ਤੇ ਰਿਚਾ ਸ਼ਰਮਾ ਦਾ ਜਿੱਦਾਂ ਤੁਸੀਂ ਗਾਣਾ ਸਾਨੂੰ ਸੁਣਾ ਰਹੇ ਸੀ ਕਿ ਬਾਗਬਾਨ ਫਿਲਮ ਦਾ ਉਹ ਹੋ ਜਾਂਦੇ ਆਂਦੇ ਜੀ ਜੀ ਬਿਲਕੁਲ ਮੈਂ ਕੋਸ਼ਿਸ਼ ਕਰਾਂਗੀ ਕਿਉਂਕਿ ਉਹਨਾਂ ਨੂੰ ਗਾਣਾ ਨਾ ਹਰ ਕਿਸੇ ਦੀ ਬਸ ਦੀ ਗੱਲ ਨਹੀਂ ਪਰ ਇੱਕ ਕੋਸ਼ਿਸ਼ ਜ਼ਰੂਰ ਕਰਾਂਗੇ ਬਾਗੋਂ ਕੇ ਹਰ ਫੂਲ ਕੋ ਆਪਣਾ ਸਮਝੇ ਬਾਗਬਾਨ ਬਾਗੋਂ ਕੇ ਹਰ ਫੂਲ ਕੋ ਆਪਣਾ ਸਮਝੇ ਬਾਗਬਾਨ ਹਰ ਘੜੀ ਹੈ ਯੇ ਮਤ ਵਾਲੀ ਪੱਤੀ ਪੱਤੀ ਡਾਲੀ ਡਾਲੀ ਸਿੰਜੇ ਬਾਗਬਾਨ ਬਾਗਬਾਨ ਰੱਬ ਹੈ ਬਾਗਬਾਨ ਬਾਗਬਾਨ ਰੱਬ ਹੈ ਬਾਗਬਾਨ ਬਾਗਬਾਨ ਰੱਬ ਹੈ ਰੱਬ ਹੈ ਬਾਗਬਾਨ ਇਹ ਤਾਂ ਸੀਗਾ ਰਿਚਾ ਸ਼ਰਮਾ ਦਾ ਗਾਣਾ ਤੇ ਕੋਈ ਬੀਟ ਵਾਲਾ ਸੌਂਗ ਨਾਲ ਪਰਫੈਕਟ ਜੀ ਘੈਂਟ ਜੀ ਜ਼ਬਰਦਸਤ ਜੀ ਐਂਡਿੰਗ ਕਰਦੇ ਜਾਓ ਜੀ ਬਿਲਕੁਲ ਅਸੀਂ ਜਿਹੜਾ ਅਸੀਂ ਨਵਾਂ ਸੌਂਗ ਲੈ ਕੇ ਆ ਰਹੇ ਹਾਂ ਦੀਵਾ ਆਸ਼ਕਾਂ ਦਾ ਚਾਹੂੰਗੀ ਮੈਂ ਗੁੱਲ ਕਰਕੇ ਅਸਲ ਚਹਿਲ ਦੇ ਮਿਊਜ਼ਿਕ ਦੇ ਵਿੱਚ ਗਿੱਲ ਕੋਈ ਸਾਬਦਾ ਲਿਖਿਆ ਹੈ ਜਿਹਨੇ ਸੋਚੀ ਨਾ ਵਿਚਾਰੀ ਤਾਂ ਸਿੱਕਾ ਦਾ ਉਹ ਵਪਾਰੀ ਜਾਵੇ ਮੁੱਕਰ ਜਵਾਨੋ ਜਿਹੜਾ ਮੁੱਲ ਕਰੀ ਕੇਵੇ ਦੀਵਾ ਆਸ਼ਿਕਾਂ ਦਾ ਦੀਵਾ ਆਸ਼ਿਕਾਂ ਦਾ ਜਾਊਂਗੀ ਮੈਂ ਗੁੱਲ ਕਰੀ ਕੇਵੇ ਦੀਵਾ ਆਸ਼ਿਕਾਂ ਦਾ ਜਾਊਂਗੀ ਮੈਂ ਗੁੱਲ ਕਰਕੇ ਤਾਂ ਤੁਸੀਂ ਦੇਖਿਆ ਸੀ ਕਿ ਮੇਰੇ ਨਾਲ ਬੜੀ ਹੀ ਮਿੱਠੀ ਆਵਾਜ਼ ਵਾਲੀ ਸਿੰਗਰ ਵੰਦਨਾ ਸਿੰਘ ਜਿਨ੍ਹਾਂ ਨੇ ਸਾਨੂੰ ਐਂਟਰਟੇਨ ਤਾਂ ਕੀਤਾ ਸੀ ਅਤੇ ਨਾਲ ਇਹ ਦੱਸਿਆ ਕਿ ਜਿੱਦਾਂ ਮੋਦੀ ਸਰਕਾਰ ਕਰ ਰਹੀ ਹੈ ਕਿਸਾਨਾਂ ਨਾਲ ਅਤੇ ਉਹਨਾਂ ਦੀ ਆਉਣ ਦੀ ਬਦੌਲਤ ਹੈ ਜਿਹੜੀ ਬੇਰੁਜ਼ਗਾਰੀ ਵਧੀ ਹੈ ਉਹਨਾਂ ਦੀ ਕਿਰਪਾ ਕਰਕੇ ਹੀ ਆ ਰਹੀ ਜੋ ਕਿ ਬਹੁਤ ਮਾੜੀ ਗੱਲ ਹੈ ਗਲਤ ਗੱਲ ਹੈ ਬੁਰੀ ਗੱਲ ਹੈ ਅਤੇ ਨਾਲ ਹੀ ਇਹ ਕਿਹਾ ਕਿ ਜਿਹੜੀਆਂ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ ਕਿਉਂਕਿ ਦੇਸ਼ ਤਾਂ ਪਹਿਲਾਂ ਹੀ ਪਰੇਸ਼ਾਨ ਹੈ ਬਹੁਤ ਬੇਰੁਜ਼ਗਾਰੀ ਨਾਲ ਲੋਕ ਜਿਹੜੇ ਹੈਗੇ ਲੜ ਰਹੇ ਨੇ ਅਤੇ ਕੋਰੋਨਾ ਕਾਲ ਵਿੱਚ ਜੇਕਰ ਤੇਲ ਦੀ ਕੀਮਤ ਇੰਜ ਵੱਧ ਰਹੀ ਤਾਂ ਜਿਹੜੀਆਂ ਲੋਕ ਨੇ ਉਹ ਕਿੱਦਾਂ ਜ਼ਿੰਦਾ ਰਹਿਣਗੇ ਅਤੇ ਨਾਲ ਹੀ ਇਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਦੇ ਆਈਡਲ ਰਿਚਾ ਸ਼ਰਮਾ ਅਤੇ ਉਹਨਾਂ ਨਾਲ ਰਿਗਾਰਡਿੰਗ ਇਹਨਾਂ ਨੇ ਗਾਣੇ ਵੀ ਸੁਣਾਏ ਅਤੇ ਸਾਨੂੰ ਐਂਟਰਟੇਨ ਵੀ ਕੀਤਾ ਅਤੇ ਇਹ ਦੱਸਿਆ ਕਿ
ਜੇਕਰ ਤੁਸੀਂ ਜਿਹੜੀ ਲਾਈਨ ਵਿੱਚ ਜਾਣਾ ਚਾਹੁੰਦੇ ਹੋ, ਸੱਚੀ ਮਿਹਨਤ ਦੀ ਲੋੜ ਹੈ, ਉਹਨੂੰ ਲਾਈਨ ਨੂੰ ਚੰਗੀ ਤਰ੍ਹਾਂ ਆਪਣੇ ਨਜ਼ਰੀਏ ਨਾਲ ਦੇਖਿਓ, ਕਿਉਂਕਿ ਸੋਸਾਇਟੀ ਦਾ, ਸਮਾਜ ਦਾ ਨਜ਼ਰੀਆ ਜਿਹੜਾ ਔਰਤਾਂ ਪ੍ਰਤੀ ਅੱਜ ਵੀ ਉਹੀ ਹੈ ਕਿ ਇਹ ਗੀਤ ਗਾਉਂਦੀ ਹੈ, ਉਹਨੂੰ ਹਾਲੇ ਵੀ ਲਾਣਤਾਂ ਭਰੀਆਂ ਨਜ਼ਰਾਂ ਨਾਲ ਦੇਖ ਰਹੇ, ਜੋ ਕਿ ਚੰਗੀ ਗੱਲ ਨਹੀਂ ਹੈ। ਵਿਚਾਰ ਕਮੈਂਟਸ ਰਾਹੀਂ ਤੁਸੀਂ ਦੱਸ ਸਕਦੇ ਹੋ ਇਸ ਚੀਜ਼ ਬਾਰੇ। ਬਣੇ ਹੋ ਟੀਵੀ ਐਨ ਆਰ ਆਈ ਨਾਲ।